ਕਿ ਇੱਕ ਵੇਲੇ ਦੀਆਂ ਟੱਕਰਾਂ ਵਾਲਾ ਕੰਮ ਆ ਜਿਹੜਾ ਇਸ ਟਾਈਮ ਦੇ ਉੱਤੇ ਇੱਦਾਂ ਦਾ ਬਿਆਨ ਦੇਣਾ, ਉਹ ਵੀ ਇਲੈਕਸ਼ਨ ਦੇ ਵਿੱਚ, ਖਾਸ ਕਰਕੇ ਹਰਿਆਣਾ ਦੇ ਇਲੈਕਸ਼ਨ ਹੋ ਰਹੀ ਹੈ, ਅਤੇ ਕਿੱਥੋਂ ਲੋਕ ਮਾਫ ਕਰਨਗੇ? ਕਹਿੰਦਾ ਕੰਗਣਾ ਨੇ 3 ਖੇਤੀ ਕਾਨੂੰਨਾਂ ਨੂੰ ਮੁੜ ਵਾਪਸ ਲਿਆਉਣ ਵਾਲੇ ਜਿਹੜੇ ਬਿਆਨ ਨੇ ਉਹ ਸਿਆਸੀ ਤੂਫਾਨ ਲਿਆਤਾ ਜੀ। ਦੇਖੋ ਚੰਦੀ ਸਾਹਿਬ ਜੀ, ਮੈਥੋਂ ਪੁੱਛੋ ਤੇ ਮੈਂ ਭਾਜੀ ਜਿਹੜੀ ਗੱਲ ਕਰਕੇ, ਮੈਂ ਤਾਂ ਧੰਨਵਾਦ ਕਰਦਾ ਕੰਗਣਾ ਰਣਾਵਤ ਦਾ। ਬਿਲਕੁਲ ਜੀ ਬਿਲਕੁਲ, ਉਹਨੇ ਬਹੁਤ ਵਧੀਆ ਗੱਲ ਕੀਤੀ ਆ, ਉਹਨੂੰ ਕਰਨੀ ਚਾਹੀਦੀ ਹੈ ਇਹ ਗੱਲ, ਤੇ ਵਧੀਆ ਹੋਵੇ ਜੀ ਉਹਨੂੰ ਇਲੈਕਸ਼ਨ ਕੰਪੇਨ ਦੇ ਵਿੱਚ ਵੀ ਲੈ ਕੇ ਆਉਣ। ਲਾਲ ਸਿੰਘ ਹੋਰਾਂ ਨੇ ਗੱਲ ਕੀਤੀ ਹੈ ਕਿ ਸਾਡੇ ਜਿਹੜੇ ਹੈਗੇ ਬੀਜੇਪੀ ਦੇ ਪੰਜਾਬ ਦੇ ਆਗੂ ਹਰਜੀਤ ਸਿੰਘ ਗਰੇਵਾਲ ਵਿਰੋਧ ਕਰ ਰਹੇ ਆ, ਗਰੇਵਾਲ ਹੋਰ ਵੀ ਕੁਛ ਕਿਸਾਨਾਂ ਦੇ ਹਮਦਰਦ ਨੀ ਹੈਗੇ, ਵਿਰੋਧ ਕਰਦੇ ਕਿ ਭਾਈ ਬੀਬੀ ਕੰਗਣਾ ਰਣਾਵਤ ਸਾਡੀਆਂ ਜੜਾਂ ਫਿਰ ਦੇ ਕੇ ਜਾਂਦੀ ਹੈ। ਇਸ ਵੇਲੇ ਹਰਿਆਣੇ ਦੀ ਹਾਲਤ ਕੀ ਹੈ? ਹਰਿਆਣੇ ਦੇ ਵਿੱਚ 2 ਦਰਜਨ ਹਲਕੇ ਅਜਿਹੇ ਹੈ ਜਿਹਨਾਂ ਪਿੰਡਾਂ ਦੇ ਵਿੱਚ ਭਾਰਤੀ ਜਨਤਾ ਪਾਰਟੀ ਦੇ ਕੈਂਡੀਡੇਟਾਂ ਨੂੰ ਲੋਕ ਵੜਨ ਨਹੀਂ ਦਿੰਦੇ। ਕਿਉਂ ਨੀ ਵੜਨ ਦਿੰਦੇ? ਸਿਰਫ ਇਸ ਕਰਕੇ ਵੜਨ ਨਹੀਂ ਦਿੰਦੇ ਕਿ ਕਿਸਾਨਾਂ ਦੇ ਨਾਲ ਜਿਹੜਾ ਤੁਸੀਂ ਦੁਰਵਰਤਾਓ ਕੀਤਾ, ਦਿੱਲੀ ਦੀ ਸਰਕਾਰ ਨੂੰ ਕਿਸਾਨਾਂ ਦੇ ਰੋਹ ਤੋਂ ਬਚਾਉਣ ਵਾਸਤੇ ਜਿਹੜਾ ਸਾਡਾ ਕਨੌਲੀ ਹੈ ਔਰ ਸ਼ੰਭੂ ਬਾਰਡਰ ਹੈ ਜੀ, ਉੱਥੇ ਤੁਸੀਂ ਪੂਰੀ ਠੋਕ ਕੇ ਨਾਕਾਬੰਦੀ ਕੀਤੀ ਹੋਈ ਹੈ, ਕਿਸਾਨਾਂ ਦੇ ਉੱਤੇ ਫਾਇਰਿੰਗ ਵੀ ਕੀਤੀ ਹੈ, ਟੀਅਰ ਗੈਸ ਵੀ ਛੱਡੀ ਹੈ ਪੰਜਾਬ ਦੇ ਵਿੱਚ ਬੈਠੇ ਕਿਸਾਨਾਂ ਨੇ, ਤੇ ਟੀਅਰ ਗੈਸ ਛੱਡੀ ਗਈ ਹੈ। ਸਾਡੀ ਪੰਜਾਬ ਦੀ ਸਰਕਾਰ ਵੀ ਕਹਿੰਦੀ ਹੈ ਅਸੀਂ ਕਿਸਾਨਾਂ ਦੇ ਬੜੇ ਖੈਰ ਖੁਆ, ਲੇਕਿਨ ਇਹਨਾਂ ਨੇ ਕਦੇ ਵਿਰੋਧ ਨੀ ਕੀਤਾ ਵੀ ਭਾਈ ਤੁਸੀਂ ਸਾਡੇ ਇਲਾਕੇ ਦੇ ਵਿੱਚ ਪਾਕਿਸਤਾਨ ਨੂੰ ਮਾਰ ਕਿਉਂ ਕਰੀ ਜਾਂਦੇ ਹੋ? ਬਿਲਕੁਲ। ਇਹਦਾ ਨਤੀਜਾ ਇਹ ਹੈ ਕਿ ਕਿਸਾਨੇ ਦਾ ਜਿਹੜਾ ਹਰਿਆਣੇ ਦਾ ਕਿਸਾਨ ਆ ਪੋਟਾ ਪੋਟਾ ਦੁਖੀ ਹੈ, ਤੇ ਜਦੋਂ ਬੀਬੀ ਇਹ ਕਹਿੰਦੀ ਹੈ ਜੀ ਉਹ ਕਾਲੇ ਕਾਨੂੰਨ ਆ ਜਿਹੜੇ ਮੁੜਕੇ ਬਹਾਲ ਕਰਦੇ ਨੇ ਚਾਹੀਦੇ ਆ, ਹਾਲ ਇਹਨਾਂ ਦੇ ਵਿੱਚ ਕਿਸੇ ਦੀ ਜ਼ਰੂਰਤ ਨੀ, ਕਿਸੇ ਦੀ ਪਹੁੰਚ ਨੀ। ਮੈਂ ਚੁਣੌਤੀ ਦਿੰਦਾ ਨਰਿੰਦਰ ਮੋਦੀ ਵੀ ਨੀ ਕਰ ਸਕਦਾ। ਬਿਲਕੁਲ, ਕਿਉਂਕਿ ਨਰਿੰਦਰ ਮੋਦੀ ਨੇ 370 ਦਿਨਾਂ ਦਾ ਉਹ ਅੰਦੋਲਨ ਦੇਖਿਆ ਹੈ, 700 ਤੋਂ ਉੱਪਰ ਕਿਸਾਨਾਂ ਨੇ ਜਿਹੜੀ ਆਪਣੀ ਕੁਰਬਾਨੀ ਦਿੱਤੀ ਆ ਉਹ ਅਜਾਈ ਨਹੀਂ ਜਾਊਗੀ। ਔਰ ਅਗਲੀ ਗੱਲ ਇਹ ਹੈ ਕਿ ਬਾਬਾ ਗੁਰੂ ਨਾਨਕ ਦੇਵ ਸਾਹਿਬ ਦੇ ਪ੍ਰਕਾਸ਼ ਪੁਰਬ ਦੇ ਉੱਤੇ ਦੋਨੇ ਹੱਥ ਬੰਨ ਕੇ ਨਰਿੰਦਰ ਮੋਦੀ ਨੇ ਜਦੋਂ ਉਹਨਾਂ ਕਾਲੇ ਕਾਨੂੰਨਾਂ ਨੂੰ ਵਾਪਸ ਲੈਣ ਦਾ ਐਲਾਨ ਕੀਤਾ ਤੇ ਨਾਲ ਜਿਹੜੀ ਹੈ ਹਿਮਾ ਯਾਚਨਾ ਵੀ ਕੀਤੀ ਸੀ, ਮਾਫ਼ੀ ਵੀ ਮੰਗੀ ਸੀ, ਤੇ ਜਿਹੜੀ ਪਾਰਲੀਮੈਂਟ ਦੇ ਰਾਹੀਂ ਉਹ ਕਾਨੂੰਨ ਬਣਾਏ ਸੀ ਉਸੇ ਪਾਰਲੀਮੈਂਟ ਦੇ ਰਾਹੀਂ ਉਹ ਕਾਨੂੰਨ ਰੱਦ ਕੀਤੇ ਗਏ ਹੈ। ਬਿਲਕੁਲ ਜੀ, ਅੱਜ ਨਰਿੰਦਰ ਮੋਦੀ ਦੀ ਪਾਰਟੀ ਜਿਹੜੀ ਆ ਉਹ ਬੇਹੱਦ ਕਮਜ਼ੋਰ ਆ ਪਾਰਲੀਮੈਂਟ ਦੇ ਵਿੱਚ, ਸਰਕਾਰ ਭਾਵੇਂ ਬਣੀ ਹੋਈ ਹੈ, ਲੇਕਿਨ ਜਿਹੜੀਆਂ ਵਿਸਾਖੀਆਂ ਦੇ ਉੱਤੇ ਟੀਡੀਪੀ ਤੇ ਜਨਤਾ ਦਲ ਯੂਨਾਈਟਿਡ ਦੀਆਂ ਵਿਸਾਖੀਆਂ ਦੇ ਉੱਤੇ ਕਰੀ ਹੈ, ਨਾ ਤਾਂ ਚੰਦਰ ਬਾਬੂ ਨਾਇਡੂ ਦੇ ਵਿੱਚ ਜ਼ਰੂਰਤ ਹੈ ਤੇ ਨਾ ਹੀ ਨਿਤੀਸ਼ ਕੁਮਾਰ ਦੇ ਵਿੱਚ ਜ਼ਰੂਰਤ ਹੈ ਕਿ ਉਹ ਕਿਸਾਨਾਂ ਦਾ ਵਿਰੋਧ ਕਰ ਸਕਣ। ਉਹਨਾਂ ਦੀਆਂ ਪਾਰਟੀਆਂ ਕਿਸਾਨਾਂ ਦੇ ਖਿਲਾਫ਼ ਬਣਨ ਵਾਲੇ ਕਾਨੂੰਨਾਂ ਦੀ ਹਮਾਇਤ ਕਰਦੇ ਨੇ ਕਿ ਕਾਨੂੰਨ ਐਵੇਂ ਨੀ ਬਾਹਰ ਹੋਣੇ ਤੇ ਪਾਰਲੀਮੈਂਟ ਰਾਹੀਂ ਹੋਣੇ ਨੇ, ਇਸ ਲਈ ਉਹ ਕੰਮ ਤਾਂ ਹੋਣਾ ਨੀ ਗਾ। ਕੰਗਣਾ ਦਾ ਮੈਂ ਇਸੇ ਕਰਕੇ ਧੰਨਵਾਦ ਕਰਨਾ ਕਿ ਚੋਣਾਂ ਦੇ ਮੌਕੇ ਤੇ ਜਦੋਂ ਇਹੋ ਜਿਹੀ ਬਿਆਨਬਾਜ਼ੀ ਕਰੀ ਜਾਂਦੀ ਹੈ ਤਾਂ ਉਹ ਕਾਂਗਰਸ ਪਾਰਟੀ ਨੀ, ਆਪਾਂ ਕਹਾਂਗੇ ਭਾਰਤੀ ਜਨਤਾ ਪਾਰਟੀ ਦੀਆਂ ਜੜਾਂ ਦੇ ਵਿੱਚ ਤੇਲ ਦੇ ਰਹੀ ਹੈ। ਬਿਲਕੁਲ, ਉਹ ਕਹਿੰਦੇ ਹੁੰਦੇ ਨਾ ਵੈਸੇ ਇੱਕੋ ਪਤਾ ਨੀ ਗਾਣਾ ਜਾਂ ਕਿਹਦਾ ਹੈ, ਯਾਰ ਹੋਵੇ ਅਮਲੀ ਤੇ ਸਹੇਲੀ ਹੋਵੇ ਕਮਲੀ, ਕੁਛ ਇਹੋ ਜਿਹੀ ਗੱਲ ਕਰਦੇ ਹੈ। ਇਹਦਾ ਸਹੇਲ ਪੂਰਾ ਭਾਰਤੀ ਜਨਤਾ ਪਾਰਟੀ ਨੇ ਪਗਾਇਆ ਨਾ ਕੰਗਣਾ ਦੇ ਨਾਲ, ਇਹਦੀ ਕਮਲੀ ਹੈਗੀ ਹੈ, ਆਪਦੀ ਪਾਰਟੀ ਦਾ ਨੁਕਸਾਨ ਆਪ ਹੀ ਕਰੀ ਜਾਂਦੀ ਹੈ। ਦੂਜੇ ਪਾਸੇ ਹਰਿਆਣੇ ਦੀ ਸਥਿਤੀ ਇਹ ਹੈ ਕਿ ਜਿਹੜਾ ਕਿਸਾਨਾਂ ਦਾ ਸਭ ਤੋਂ ਵੱਡਾ ਮਸਲਾ ਹੈ, ਉਸ ਮਸਲੇ ਨੂੰ ਹੱਲ ਕਰਨ ਦਾ ਐਲਾਨ ਕਰਤਾ ਭੁਪਿੰਦਰ ਸਿੰਘ ਹੁੱਡਾ ਨੇ। ਬਿਲਕੁਲ ਜੀ, ਉਹਨੇ ਕਹਿ ਦਿੱਤਾ ਕਿ ਜਿੱਥੇ ਸਾਡੀ ਸਰਕਾਰ ਬਣ ਗਈ ਸਭ ਤੋਂ ਪਹਿਲਾਂ ਕੰਮ ਖਨੌਰੀ ਤੇ ਸ਼ੰਭੂ ਤੋਂ ਅਸੀਂ ਜਿਹੜੇ ਬੈਰੀਕੇਡ ਲਾਏ ਆ ਉਹ ਚੱਕਾਂਗੇ। ਜੀ ਜੀ,
ਤੇ ਕਿਸਾਨਾਂ ਨੂੰ ਇਹ ਰਾਈਟ ਹੈ ਕਿ ਉਹ ਦਿੱਲੀ ਜਾ ਤੇ ਦਿੱਲੀ ਜਾ ਕੇ ਆਪਣਾ ਪ੍ਰੋਟੈਸਟ ਕਰਨ। ਇਸ ਤੋਂ ਪਹਿਲਾਂ ਵੀ ਮੈਂ ਇੱਕ ਗੱਲ ਕਰ ਚੁੱਕਾ ਕਿ ਆਹ ਜਿਹੜੀ ਜਿਹੜਾ ਕਾਂਗਰਸ ਪਾਰਟੀ ਦਾ ਮੈਨੀਫੈਸਟੋ ਲੋਕ ਸਭਾ ਦੀਆਂ ਚੋਣਾਂ ਲਈ ਜਾਰੀ ਕੀਤਾ ਸੀ 2024 ਲਈ, ਉਹਦੇ ਵਿੱਚ ਵੀ ਕਿਸਾਨਾਂ ਦੀ ਹਮਾਇਤ ਕੀਤੀ ਗਈ ਹੈ। ਇਹ ਗੱਲ ਕਹੀ ਗਈ ਹੈ ਕਿ ਉਹਨਾਂ ਨੂੰ ਦਿੱਲੀ ਆਉਣ ਦੀ ਇਜਾਜ਼ਤ ਮਿਲਣੀ ਚਾਹੀਦੀ ਹੈ। ਬਿਲਕੁਲ ਐਟ ਪ੍ਰੈਜੈਂਟ ਜੋ ਕਿਸਾਨਾਂ ਦੀ ਹਾਲਤ ਹੈ, ਜੋ ਦਿੱਲੀ ਆਪਣੀ ਹਰਿਆਣੇ ਦੀ ਹਾਲਤ ਹੈ, ਹਰਿਆਣੇ ਦੀ ਹਾਲਤ ਇਹ ਦੱਸਦੀ ਹੈ ਵੱਡੇ ਵੱਡੇ ਲੀਡਰ ਹੈ ਜਿਹੜੇ ਇਹਨਾਂ ਦੇ ਉਹ ਫਸੇ ਪਏ ਹੈ। ਮਿਸਾਲ ਦੇ ਤੌਰ ਦੇ ਉੱਤੇ ਤੁਸੀਂ ਦੇਖੋ ਕਿ ਨੈਬ ਸਿੰਘ ਸੈਣੀ ਆਪਦੇ ਹਲਕੇ ਚ ਫਸਿਆ ਪਿਆ, ਉਹਦਾ ਵੀ ਜਿੱਤ ਜਿਹੜੀ ਹੈ ਖਤਰੇ ਚ ਹੈ। ਇਹਨਾਂ ਦੇ ਗ੍ਰਹਿ ਮੰਤਰੀ ਹੁੰਦੇ ਸੀ ਅਨਿਲ ਵਿੱਚ, ਉਹ ਅੰਬਾਲਾ ਛਾਉਣੀ ਦੇ ਵਿੱਚ ਫਸੇ ਪਏ ਹੈ। ਹਰ ਮਤਲਬ ਜਿਹੜਾ ਹੈਗਾ ਤੀਜਾ ਲੀਡਰ ਜਿਹੜਾ ਹੈਗਾ ਇਹਨਾਂ ਦਾ ਫਸਿਆ ਪਿਆ, ਉਹਨਾਂ ਦਾ ਆਪਣਾ ਜਿੱਤਣਾ ਮੁਸ਼ਕਿਲ ਹੋਇਆ ਪਿਆ। ਸੋ ਹਰਿਆਣੇ ਦੇ ਵਿੱਚ ਇਹ ਠੀਕ ਹੈ, ਕਾਂਗਰਸ ਪਾਰਟੀ ਦੀ ਹਾਲਤ ਬਹੁਤ ਹੀ ਚੰਗੀ ਨੀ, ਆਪਾਂ ਅਗਲੀ ਖਬਰਾਂ ਵਿੱਚ ਲੈ ਲਾਂਗੇ, ਪਰ ਲੱਗਦਾ ਇਹੋ ਹੈ ਕਿ ਜੇ ਕਹੋ ਤਾਂ ਮੈਂ ਇਹਦੇ ਵਿੱਚ ਹੀ ਕਰ ਦਿੰਦਾ ਉਹ ਖਬਰ ਵੀ ਕਰ